ਸਾਬਕਾ ਕੇਂਦਰੀ ਮੰਤਰੀ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸੰਪਲਾ ਹੁਸ਼ਿਆਰਪੁਰ ਪਹੁੰਚੇ। ਐਸਸੀ ਕਮਿਸ਼ਨ ਦੇ ਚੇਅਰਪਰਸਨ ਬਣਨ ਤੋਂ ਬਾਅਦ ਪਹਿਲੀ ਵਾਰ ਹੁਸ਼ਿਆਰਪੁਰ ਪਹੁੰਚੇ ਜਿੱਥੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ। ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਦੇਸ਼ ਦੇ ਰਾਸ਼ਟਰਪਤੀ ਜੀ ਦਾ, ਮਹਾਮਹਿਮ ਜਿਹੜੇ ਸਾਡੇ ਮਾਨਯੋਗ ਰਾਮਨਾਥ ਕੋਵਿੰਦ ਜੀ ਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦਾ, अमित शाह जी का और जे जगत प्रकाश नड्डा जी जो साडे जो आल इंडिया के जो अध्यक्ष ने, जिन्होंने मेरे ते दोबारा विश्वास जताया कि इस काम लई मैनूं जिम्मेवारी दित्ती है। अनुसूचित जाति दे वर्ग के लोगों के लिए मैं उन्होंने नाल न्याय नूं रोकदा होया और उन्होंने न्याय दवाउण दा जिहड़ा मैनूं जिम्मेवारी दित्ती है, उहदे लई मैं तनदेही नाल काम करांगा।